ਬਚੰਤ ਕੌਰ ਦੀ ਪੁਸਤਕ ਭੋਬਲ ਦੀ ਅੱਗ ਦੀ ਕਹਾਣੀ ਹੈ ਛਾਇਆ ਛਾਇਆ ਜਦੋਂ ਵੀ ਮੇਰੀਆਂ ਬਾਹਾਂ 'ਚ ਹੁੰਦੀ ਹੈ ਜਾਂ ਬਾਅਦ ਵਿੱਚ ਮੈਂ ਉਹਦੇ ਰੇਸ਼ਮੀ ਵਾਲਾਂ 'ਚ ਆਪਣਾ ਮੂੰਹ ਮੱਥਾ ਏਉਂ ਰਗੜਨ ਲੱਗ ਜਾਂਦਾ ਜਿਵੇਂ ਕੋਈ ਪਸ਼ੂ ਰੱਜ ਪੁੱਜ ਕੇ ਬਾਕੀ ਬੱਚੇ ਚਾਰੇ ਨੂੰ ਖਰੂਦ ਪਾਉਂਦਾ ਹੋਇਆ ਆਪਣੇ ਸਿੰਗਾ ਨਾਲ ਆਪਣੇ ਉੱਪਰ ਸੁੱਟਣ ਲੱਗਦਾ ਹੈ ਮੇਰਾ ਇਹ ਹਾਲ ਉਦੋਂ ਤੱਕ ਹੀ ਰਹਿੰਦਾ ਜਦੋਂ ਤੱਕ ਮੈਂ ਸੁਪਨਮਈ ਅਵਸਥਾ 'ਚ ਹੁੰਦਾ ਤੇ ਛਾਇਆ ਦੀ ਬਜਾਏ ਮੇਰੀ ਆਪਣੀ بیوی ਮੇਰੀਆਂ ਬਾਹਾਂ 'ਚ ਹੁੰਦੀ ਹੈ ਐਸੀ ਹਾਲਤ ਚੋਂ ਨੇ ਕਈ ਵਾਰੀ ਮਹਿਸੂਸ ਵੀ ਕੀਤਾ ਕਿ ਮੈਂ ਉਹਨੂੰ ਬੇहद ਪਿਆਰ ਕਰਦਾ। ਇਸ ਸਫੈਦ ਝੂਠ ਬਾਰੇ ਮੇਰੀ ਬੀਵੀ ਨੂੰ ਅੱਜ ਤੱਕ ਪਤਾ ਨਹੀਂ ਲੱਗਿਆ। ਪਰ ਪਿੱਛੋਂ ਜਦੋਂ ਮੈਂ ਪੂਰੀ ਤਰ੍ਹਾਂ ਹੋਸ਼ਟ ਆ ਜਾਂਦਾ ਤਾਂ ਮੇਰੀਆਂ ਅੱਖਾਂ ਦੇ ਕੋਈ ਮੱਲੂ-ਮੱਲੀ ਭੇਜ ਜਾਂਦੇ ਐ। ਮੈਨੂੰ ਆਪ ਹੀ ਮਹਿਸੂਸ ਹੁੰਦਾ ਹੈ ਕਿ ਮੇਰੇ ਅੰਦਰ ਛੁਪਿਆ ਹੋਇਆ ਕੋਈ ਸੱਚ ਬਾਹਰ ਸਾਕਾਰ ਹੋ ਰਿਹਾ ਹੈ। ਉਸ ਸਮੇਂ ਮੈਂ ਇੱਕ ਅਸਹਿ ਪੀੜ ਨਾਲ ਕਰਾ ਉੱਠਦਾ। ਜਿਵੇਂ ਮੈਂ ਉਸ ਰਾਤ ਛਾਇਆ ਦੇ ਬਿਸਤਰੇ ਛਾਇਆ ਦੇ ਸਾਹਮਣੇ ਐਸੀ ਪੀੜ ਨਾਲ ਕਰਾ ਉੱਠਿਆ ਸੀ। ਇਸੇ ਸੱਚ ਨੂੰ ਦੱਸਣ ਲਈ ਅੱਜ ਮੈਂ ਤੁਹਾਡੇ ਸਾਹਮਣੇ ਨੰਗਾ ਹੋ ਰਿਹਾ ਪਰ ਇਸ ਬੇਹਿਆਈ ਵਾਲੇ ਨੰਗ ਨੂੰ ਤੱਕਣ ਲਈ ਤੁਹਾਨੂੰ ਮੇਰੇ ਨਾਲ ਥੋੜੀ ਦੂਰ ਦਾ ਉਹ ਪੰਡੇ ਆ ਪਾਰ ਕਰਨਾ ਪਏਗਾ ਜਿਸ ਪੰਡੇ ਉੱਤੇ ਮੈਂ ਕਦੀ ਛਾਇਆ ਨੂੰ ਤੋੜਿਆ ਸੀ ਤੇ ਉਹ ਬੜੀ ਦਲੇਰੀ ਨਾਲ ਇਸ ਕੰਡਿਆਲੇ ਪੰਡੇ ਨੂੰ ચીਰਦੀ ਹੋਈ ਮੇਰੀ ਹਮਸਫਰ ਬਣ ਰਹੀ ਸੀ ਛਾਇਆ ਨੂੰ ਪਹਿਲੀ ਵਾਰ ਮੈਂ ਇੱਕ ਹੋਟਲ ਦੇ ਕੈਬਰੀਡ ਅਨਸਰ ਦੇ ਰੂਪ ਚ ਦੇਖਿਆ ਸੀ ਉਸ ਦਿਨ ਉਹ ਤਕਰੀਬਨ ਤਕਰੀਬਨ ਨੰਗੀ ਹਾਲਤ ਵਿੱਚ ਹੀ ਡਾਂਸ ਕਰ ਰਹੀ ਸੀ ਖਬਰਿਓ ਮੈਨੂੰ ਪਹਿਲੀ ਨਜ਼ਰ ਹੀ ਕਿਉਂ ਬਹੁਤ ਚੰਗੀ ਲੱਗੀ ਸੀ ਮੈਂ ਕਈ ਦਿਨ ਲਗਾਤਾਰ ਉਹਦਾ ਡਾਂਸ ਦੇਖਣ ਪਿੱਛੋਂ ਉਸ ਨਾਲ ਗੱਲਾਂ ਕਰਨ ਦਾ ਫਾਸਲਾ ਕੀਤਾ। ਪਹਿਲੀ ਵਾਰ ਜਦੋਂ ਨੇ ਮੇਰੇ ਸਾਹਮਣੇ ਗੱਲ ਕਰਨ ਲਈ ਆਪਣੇ ਹੋਠ ਖੋਲੇ ਇੱਕ ਸਰੂਰ ਜਿਹਾ ਮੇਰੇ ਅੰਗ-ਅੰਗ 'ਚ ਪਰ ਗਿਆ। ਫਿਰ ਮੈਂ ਉਹਨੂੰ ਆਪਣੀ ਦੋਸਤ ਬਣਾਉਣ ਲਈ ਬਹੁਤ ਜਦੋ ਜਹਿਦ ਕੀਤੀ ਪਰ ਮੈਂ ਉਹਦੇ ਮਨ ਨੂੰ ਨਾ ਪਾਇਆ ਤੇ ਉਹ ਦਿਨ ਰਾਤ ਖੁਸ਼ਬੂ ਦੀ ਤਰ੍ਹਾਂ ਮੇਰੇ ਆਲੇ-ਦੁਆਲੇ ਇੱਕ ਮਹਿਕ ਖਿਣੌਂਦੀ ਰਹਿੰਦੀ। ਕਾਫੀ ਚਿਰ ਤੱਕ ਮੇਰੇ ਲੱਖ ਕੋਸ਼ਿਸ਼ ਕਰਨ ਤੇ ਵੀ ਮੈਂ ਉਹਦੇ ਉਹਨਾਂ મિત્રા ਜਿੰਨਾ ਵੀ ਉਹਦੇ ਨੇੜੇ ਨਾ ਹੋ ਸਕਿਆ ਜਿਨ੍ਹਾਂ ਨਾਲ ਉਹ ਅਕਸਰ ਹੋਟਲ ਤੋਂ ਵਿਹਲੀ ਹੋ ਕੇ ਬਾਹਰ ਕਿਧਰੇ ਨਾ ਕਿਧਰੇ ਘੁੰਮਕ ਮਾਉਂਦੀ ਸੀ ਉਹਦੇ ਅਜੋਕੇ ਕਈ ਮਿੱਤਰਾਂ ਦੇ ਨਾਮ ਮੈਨੂੰ ਅਜੇ ਤੱਕ ਵੀ ਯਾਦ ਹਨ ਡਾਕਟਰ ਕੁਮਾਰ ਡਾਕਟਰ ਚੋਪੜਾ ਮਿਸਟਰ ਉਪਲ ਮਿਰਜ਼ਾ ਬੇਗ ਨਵਾਬ ਅਬਦੁੱਲ ਤੇ ਸਰਦਾਰ ਬਰਿੰਦਰ ਸਿੰਘ ਆਦਿ ਪਰ ਜਿਹਨੂੰ ਉਹ ਆਪ ਸਭ ਤੋਂ ਵੱਧ ਚਾਹੁੰਦੀ ਸੀ ਉਹ ਸੀ ਇੱਕ ਗੰਜਾ ਆਦਮੀ ਮਿਸਟਰ ਦਿਸਾਈ ਜੋ ਉਹਦੀਆਂ ਨਜ਼ਰਾਂ ਚ ਬੇहद ਚੰਗਾ ਆਦਮੀ ਸੀ ਮੈਂ ਵੀ ਉਹਦੀਆਂ ਨਜ਼ਰਾਂ 'ਚ ਚੰਗਾ ਆਦਮੀ ਬਣਨਾ ਚਾਹੁੰਦਾ ਸੀ ਉਹਦੇ ਨਾਲ ਸ਼ਰਾਫਤਮਈ ਦੋਸਤੀ ਹੀ ਰੱਖਣਾ ਚਾਹੁੰਦਾ ਸੀ ਕਿਉਂਕਿ ਮੈਨੂੰ ਬਹੁਤ ਪਿਆਰੀ ਲੱਗਦੀ ਸੀ ਪਰ ਮੇਰੀ ਇੰਤਹਾਹ ਕੋਸ਼ਿਸ਼ ਦੇ ਬਾਵਜੂਦ ਵੀ ਮੈਂ ਉਹਦੇ ਦਿਲ ਨੂੰ ਨਾ ਜਿੱਤ ਸਕਿਆ ਇੱਕ ਵਾਰੀ ਮੈਂ ਮਾਨੀ-ਮਾਨੇ ਕਸਮ ਖਾ ਲਈ ਕਿ ਮੈਂ ਹਰ ਹਾਲਤ ਵਿੱਚ ছਾਇਆ ਦੇ ਮਨ ਉੱਪਰ ਛਾਗ ਹੀ ਰਹਾਂਗਾ ਉਹਦੇ ਮਨ ਨੂੰ ਜਿੱਤਣ ਲਈ ਵੱਧ ਤੋਂ ਵੱਧ ਸ਼ਰਾਫਤ ਦੀ ਲੋੜ ਸੀ ਤੇ ਸੱਚ ਵੀ ਹੈ ਕਿ ਮੈਂ ਉਹਦੀ ਪੂਜਾ ਉਹਦੇ ਜਿਸਮਾਨੀ ਪਿਆਰ ਲਈ ਨਹੀਂ ਸੀ ਕਰਦਾ ਸੋਗ ਮੇਰੇ ਪਿਆਰ ਦਾ ਤਾਂ ਇੱਕੋ ਇੱਕ ਮਕਸਦ ਹੀ ਬਣ ਗਿਆ ਸੀ ਜਿਹਨੂੰ ਮਿਲਣ ਲਈ ਮੈਨੂੰ ਤ੍ਰਿਪਤੀ ਮਿਲਦੀ ਹੈ ਇੱਕ ਖੇੜਾ ਮਿਲਦਾ ਹੈ ਮੈਂ ਉਹਦੀ ਖੁਸ਼ੀ ਲਈ ਹੀ ਮਰ ਮਿਟਾਂ ਇਸ ਲਈ ਮੈਂ ਕਿਸੇ ਵੀ ਪ੍ਰਕਾਰ ਦੀ ਭੁੱਲ ਚੁੱਕ ਤੋਂ ਬੜੀ ਸਾਵਧਾਨੀ ਵਰਤਦਾ ਸੀ ਜਿਵੇਂ ਕਿਵੇਂ ਮੈਂ ਉਹਦੇ ਬਾਕੀ ਮਿੱਤਰਾਂ ਜਨਾਨੇੜੇ ਹੋਂਚ ਸਫਲ ਹੋ ਗਿਆ ਹੁਣ ਮੈਂ ਉਹਦੇ ਨਾਲ ਬਾਹਰ ਘੁੰਮ ਘਮਾਉਂਦਾ ਸੀ ਪਰ ਹਰ ਸਮੇਂ ਮੈਨੂੰ ਇਹ ਡਰ ਬਰਾਬਰ ਬਣਿਆ ਰਹਿੰਦਾ ਸੀ ਕਿ ਇੱਕ ਨਾ ਇੱਕ ਦਿਨ ਜ਼ਰੂਰ ਛਾਇਆ ਮੈਥੋਂ ਖੁੱਸ ਜਾਏਗੀ ਕਿਉਂਕਿ ਉਹਨੂੰ ਜਾਣ ਵਾਲੇ ਹੋਰ ਵੀ ਤਾਂ ਕਈ ਉਹਦੇ ਮਿੱਤਰ ਸਨ ਨਾਲੇ ਮਿਸਟਰ ਦਸਾਈ ਉੱਪਰ ਤਾਂ ਉਹ ਖੁਦ ਜਾਣਦਿੰਦੀ ਸੀ ਤੇ ਜੋ ਵੀ ਸੀ ਮੈਂ ਉਹਦੇ ਪਿਆਰ ਨੂੰ ਜਿੱਤਣ ਲਈ ਕੁਝ ਵੀ ਕਰਨ ਨੂੰ ਤਿਆਰ ਸੀ ਕਿਉਂਕਿ ਉਹਨੂੰ ਮਿਲ ਕੇ ਮੈਨੂੰ ਜੋ ਖੁਸ਼ੀ ਹੁੰਦੀ ਸੀ ਉਸ ਖੁਸ਼ੀ ਨੂੰ ਮੈਂ ਸ਼ਾਇਦ ਸ਼ਬਦਾਂ ਰਾਹੀਂ ਨਹੀਂ ਦੱਸ ਸਕਾਂਗਾ ਦਰਅਸਲ ਪਿਆਰ ਬਾਰੇ ਬਹੁਤ ਕੁਝ ਤਾਂ ਅਣਕਿਆ ਹੀ ਰਹਿੰਦਾ ਹੈ ਕੋਈ ਵੀ ਕਲਾ ਹਰ ਪ੍ਰਕਾਰ ਦੇ ਭਾਵਾਂ ਨੂੰ ਪ੍ਰਗਟਾਉਣ ਦੇ ਸਮਰੱਥ ਨਹੀਂ ਇਨਾ ਜ਼ਰੂਰ ਕਹਿ ਸਕਦਾ ਕਿ ਉਸ ਸਮੇਂ ਉਹਨੂੰ ਦੇਖੇ ਬਿਨਾ ਮੇਰਾ ਜਿਉਣਾ ਦੁਸ਼ਵਾਰ ਸੀ ਇਸ ਲਈ ਮੈਂ ਉਸ ਨਾਲ ਪਿਆਰ ਭਰਿਆ ਪਵਿੱਤਰ ਰਿਸ਼ਤਾ ਹੀ ਰੱਖਣਾ ਚਾਹੁੰਦਾ ਸੀ ਹਰ ਤਰੀਕੇ ਨਾਲ ਉਹਦੀ ਇੱਜ਼ਤ ਤੇ ਮਾਨ ਸਨਮਾਨ ਨੂੰ ਵੱਧਾ ਫੁੱਲਦਾ ਦੇਖਣਾ ਚਾਹੁੰਦਾ ਸੀ ਉਹਦੀ ਖੁਸ਼ੀ ਲਈ ਮੈਂ ਮਰ ਮਿਟਣ ਦਾ ਨਿਸ਼ਚਾ ਕਰ ਚੁੱਕਿਆ ਸੀ ਮੈਨੂੰ ਕਦੇ ਉਸ 'ਚ ਕੋਈ ਔਗੁਣ ਨਜ਼ਰ ਹੀ ਨਹੀਂ ਸੀ ਆਇਆ ਜਦ ਦੇਖੋ ਜਦੋਂ ਕਿ ਉਹ ਮੇਰੇ ਸਾਹਮਣੇ ਸੰਕੜੇ ਲੋਕਾਂ 'ਚ ਰੋਜ਼ ਅੱਧ ਨੰਗੇ ਹਾਲਤ 'ਚ ਡਾਂਸ ਕਰਦੀ ਸੀ ਤੇ ਕਈ ਲੋਕ ਮੇਰੇ ਸਾਹਮਣੇ ਉਸ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਮੇਰੇ ਆਪਣੇ ਦੋਸਤਾਂ ਨੇ ਮੈਨੂੰ ਕਈ ਵਾਰੀ ਬੋਲੀ ਵੀ ਮਾਰੀ ਸੀ ਛਾੜ ਯਾਰ ਪਰ ਇਸ ছਾਇਆ 'ਚ ਹੈ ਕਿ ਸਾਨੂੰ ਤਾਂ ਭੁਰਾ ਵੀ ਸੋਹਣਾ ਨਹੀਂ ਲੱਗਦੀ ਡਾਂਸ ਵਿੱਚ ਵੀ ਕਈ ਹੋਰ ਕੁੜੀਆਂ ਤੋਂ ਕਿਤੇ ਵੱਧ ਚੰਗਾ ਡਾਂਸ ਕਰਦੀਆਂ ਤੇਰਾ ਦਿਲ ਵੀ ਆਇਆ ਤੇ ਉਹ ਵੀ ছਾਇਆ ਤੇ ਇੱਕ ਦੋਸਤ ਨੇ ਸਿਗਰਟ ਦਾ ਧੂਆਂ ਨੱਕ ਚੋਂ ਕਢਦੇ ਮੈਨੂੰ ਟੌਂਟ ਕੱਸੀ ਉਹਨਾਂ ਸਾਰਿਆਂ ਨੂੰ ਮੇਰਾ ਇੱਕੋ ਜਵਾਬ ਹੁੰਦਾ ਕਾਸ਼ ਕਦੇ ਤੁਸੀਂ ছਾਇਆ ਨੂੰ ਮੇਰੀ ਨਜ਼ਰਾਂ ਨਾਲ ਵੇਖ ਸਕਦੇ ਮੈਂ ਤਾਂ ਮਾਨੀ ਮਨ ਛਾਇਆ ਨੂੰ ਆਪਣੀ ਦੋਸਤ ਮਿੱਤਰ ਸਭ ਤੋਂ ਵੱਧ ਪਿਆਰਾ ਯਾਰ ਸਮਝਣ ਲੱਗ ਪਿਆ ਸੀ ਤੇ ਕਈ ਵਾਰ ਹੁਣ ਇਸੇ ਸ਼ਬਦ ਯਾਰ ਨਾਲ ਮੈਂ ਉਹਨੂੰ ਸੰਬੋਧਿਤ ਵੀ ਕਰਦਾ ਸੀ ਪਰ ਉਹ ਅਕਸਰ ਮੈਨੂੰ ਕਹਿੰਦੀ ਤੁਸੀਂ ਮੈਨੂੰ ਦੋਸਤ ਕਹਿ ਸਕਦੇ ਹੋ ਯਾਰ ਸ਼ਬਦ ਮੈਨੂੰ ਠੁੱਕਦਾ ਨਹੀਂ ਨਾ ਹੀ ਮੈਨੂੰ ਚੰਗਾ ਲੱਗਦਾ ਪਰ ਮੈਂ ਕੀ ਕਰਦਾ ਮੈਂ ਤਾਂ ਉਹਨੂੰ ਆਪਣਾ ਯਾਰ ਹੀ ਸਮਝਦਾ ਸੀ ਮੈਂ ਅਕਸਰ ਉਹਨੂੰ ਟੈਲੀਫੋਨ ਉੱਤੇ ਸੁਨੇਹੇ ਦਿੰਦਾ ਰਹਿੰਦਾ ਛਾਇਆ ਅੱਜ ਅਸੀਂ ਕਿਸ਼ਤੀ ਦੀ ਸੈਰ ਲਈ નીક ਤੇ ਚੱਲਾਂਗੇ ਫੁਲਾਣੀ ਪਹਾੜੀ ਉੱਪਰ ਬਣੇ ਡਾਕ ਬੰਗਲੇ 'ਚ ਠਹਿਰਾਂਗੇ ਆਦਤ ਇਸੇ ਤਰ੍ਹਾਂ ਕਈ ਵਾਰ ਅਸੀਂ ਕੋਈ ਫਿਲਮ ਦੇਖਣ ਲਈ ਸ਼ਹਿਰ ਤੋਂ ਦੂਰ ਨਿਕਲ ਜਾਂਦੇ ਕਿਸੇ ਨਵੀਂ ਲੱਗੀ ਨੁਮائش ਨੂੰ ਵੇਖਣ ਲਈ ਛੁੱਟੀ ਵਾਲਾ ਦਿਨ ਨਿਸ਼ਚਿਤ ਕਰ ਲੈਂਦੇ ਇਸ ਤਰ੍ਹਾਂ ਕਈ ਵਾਰ ਮੇਰੇ ਨਾਲ ਸਾਰਾ ਸਾਰਾ ਦਿਨ ਘੁੰਮਦੀ ਰਹਿੰਦੀ ਮੈਂ ਪੂਰੀ ਤਰ੍ਹਾਂ ਉਹਦੀ ਖੁਸ਼ੀ ਦਾ ਧਿਆਨ ਰੱਖਦਾ ਪਰ ਮੇਰੀ ਕਸਮ ਪੂਰੀ ਹੁੰਦੀ ਨਹੀਂ ਸੀ ਲੱਗਦੀ ਕਦੇ-ਕਦੇ ਮੈਨੂੰ ਲੱਗਦਾ ਜਿਵੇਂ ਉਹਨੂੰ ਮੇਰੇ ਨਾਲ ਤੁਰਦਿਆਂ ਮਿਸਟਰ ਦੇਸਾਈ ਦੀ ਅਨਹੋਂਦ ਮਹਿਸੂਸ ਹੁੰਦੀ ਹੋਵੇ ਤੇ ਮੇਰੇ ਅੰਦਰ ਆਪਣੇ ਯਾਰ ਦੇ ਖੋਸ ਜਾਣ ਦਾ ਡਰ ਜਾਗ ਪੈਂਦਾ ਕਈ ਵਾਰ ਇਹ ਵੀ ਮਹਿਸੂਸ ਹੁੰਦਾ ਕਿ ਜਦੋਂ ਮੈਂ ਉਹਨੂੰ ਟੈਲੀਫੋਨ ਉੱਪਰ ਕਿਧਰੇ ਜਾਣ ਲਈ ਕਹਿੰਦਾ ਜਿਵੇਂ ਉਹ ਮੈਨੂੰ ਟਾਲ ਰਹੀ ਹੋਵੇ ਪਰ ਮੇਰੇ ਘੜੀਮੁੜੀ ਜ਼ੋਰ ਦੇਣ ਤੇ ਉਹ ਅਕਸਰ ਮੇਰੇ ਨਾਲ ਸਹਿਮਤ ਹੋ ਜਾਂਦੀ ਫਿਰ ਅਸੀਂ ਅਣਜਾਣੀਆਂ ਥਾਵਾਂ ਤੇ ਮਨਮਾਨੀਆਂ ਕਰਦੇ ਰਹਿੰਦੇ ਛਾਇਆ ਭਾਵੇਂ ਮੇਰੇ ਨਾਲ ਸਾਰਾ ਸਾਰਾ ਦਿਨ ਘੁੰਮਦੀ ਰਹਿੰਦੀ ਪਰ ਮੈਨੂੰ ਲੱਗਦਾ ਜਿਵੇਂ ਉਸ ਵੱਲੋਂ ਇਹ ਸਭ ਕੁਝ ਅਣਚਾਹਾ ਹੀ ਹੋ ਰਿਹਾ ਹੋਵੇ ਮੈਂ ਜਾਣਦਾ ਸੀ ਕਿ ਉਹ ਮੈਥੋਂ ਕਿਤੇ ਵੱਧ ਮਿਸਟਰ ਦੇਸਾਈ ਨੂੰ ਪਿਆਰ ਕਰਦੀ ਸੀ ਤੇ ਖੁਦ ਉਹਨੂੰ ਆਪਣੇ ਹੋਟਲ ਬੁਲਾਉਣ ਲਈ ਦਿਨ ਚ ਕਈ ਵਾਰ ਟੈਲੀਫੋਨ ਵੀ ਕਰਦੀ ਸੀ ਕਈ ਵਾਰ ਜਦ ਮੈਂ ਉਹਨੂੰ ਦੇਖਣ ਲਈ ਤੜਪ ਉੱਠਦਾ ਤੇ ਉਹਦੇ ਹੋਟਲ ਉਹਨੂੰ ਮਿਲਣ ਜਾਂਦਾ ਤੇ ਮੈਨੂੰ ਦੇਖਦੇ ਐ ਛਾਇਆ ਦੇ ਮੱਥੇ ਉੱਤੇ ਹਲਕੇ ਹਲਕੇ ਵਾਲ ਉਗੜ ਆਉਂਦੇ ਫਿਰ ਨਾ ਚਾਹੁੰਦੇ ਐ ਉਹ ਮੈਨੂੰ ਬੈਠਣ ਲਈ ਕਹਿੰਦੀ ਨਾ ਚਾਹੁੰਦੇ ਐ ਚਾਹ ਜਾਂ ਕਾਫੀ ਦਾ ਆਰਡਰ ਦਿੰਦੀ ਤੇ ਨਾ ਚਾਹੁੰਦੇ ਐ ਮੇਰੇ ਨਾਲ ਬੈਠ ਕੇ ਗੱਲਾਂ ਕਰਦੀ ਰਹਿੰਦੀ ਐਸਾ ਅਹਿਸਾਸ ਹੁੰਦਾ ਏ ਮੈਂ ਸ਼ਰਮਿੰਦਾ ਜਿਹਾ ਹੋ ਕੇ ਰਹਿ ਜਾਂਦਾ ਫਿਰ ਕੁਝ ਪਲਾਂ ਲਈ ਖੁਦ ਆਸ ਤੇ ਚੁੱਪ ਸਾਡੇ ਦਵਾਲੇ ਨੂੰ ਆ ਕੇੜਦੀ ਛਾਇਆ ਇਸ ਚੁੱਪ ਨੂੰ ਤੋੜਨ ਲਈ ਕੋਈ ਨਾ ਕੋਈ ਗੱਲ ਛੇੜਦੀ ਕੁਝ ਮੈਥੋਂ ਪੁੱਛਦੀ ਕੁਝ ਮੈਨੂੰ ਦੱਸਦੀ ਪਰ ਮੈਂ ਅੰਦਰੋਂ ਅੰਦਰੀ ਰੋਂ ਹਾਕਾ ਜਿਹਾ ਹੋ ਕੇ ਰਹਿ ਜਾਂਦਾ ਇੱਕ ਦਿਨ ਐਸੀ ਹਾਲਤ ਵਿੱਚ ਮੈਂ ਉਹਨੂੰ ਕਿਹਾ ਛਾਇਆ ਕੁਝ ਐਸਾ ਕਰਕੇ ਮੇਰਾ ਦਿਲ ਤੇਰੇ ਇਸ ਹੋਟਲ ਵੱਲੋਂ ਲੰਘਣ ਨੂੰ ਵੀ ਨਾ ਕਰੇ ਮੇਰੀ ਇਹ ਗੱਲ ਸੁਣ ਕੇ ਉਹ ਕੁਝ ਪਲਾਂ ਲਈ ਖਾਮੋਸ਼ ਬੁੱਤ ਦਾ ਬੁੱਤ ਬਣੀ ਮੈਨੂੰ ਦੇਖਦੀ ਰਹੀ ਫਿਰ ਉਹਨੇ ਬੜੀ ਹਿੰਮਤ ਕਰਕੇ ਕਿਹਾ ਮਿਸਟਰ ਕਰਮ ਖਿਆਲਾਂ ਵਿੱਚ ਤਾਂ ਬਹੁਤ ਕੁਝ ਕਰ ਲੈਣਾ ਆਸਾਨ ਹੈ ਪਰ ਪ੍ਰੈਕਟੀਕਲੀ ਬਹੁਤ ਔਖਾ ਹੈ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਮੈਂ ਤੁਹਾਡੇ ਨਾਲ ਐਸਾ ਕੋਈ ਲਗਾਅ ਨਹੀਂ ਰੱਖਦੀ ਜਿਹਨੂੰ ਇਸ਼ਕ ਕਹਿੰਦੇ ਆ ਪਰ ਤੁਸੀਂ ਮੇਰੇ ਲਈ ਮਰ ਮਿਟਣ ਲਈ ਤਿਆਰ ਹੋ ਉਧਰ ਮੈਂ ਮਿਸਟਰ ਦਿਸਾਈ ਨੂੰ ਦਿਲੋਂ ਜਾਣ ਤੋਂ ਚਾਹੁੰਦੀ ਆ ਪਰ ਉਹਦਾ ਝੁਕਾਅ ਮੇਰੇ ਵੱਲ ਨਾ ਦੇ ਬਰਾਬਰ ਹੀ ਹੈ ਜੋ ਵੀ ਹੈ ਅਸੀਂ ਦੋਵੇਂ ਇੱਕ ਬਿਮਾਰੀ ਦੇ ਮਰੀਜ਼ ਆ ਮੈਂ ਤੁਹਾਡੀ ਹਾਲਤ ਜਾਣਦੀ ਹਾਂ ਤੁਹਾਨੂੰ ਕੋਈ ਐਸੀ ਗੱਲ ਨਹੀਂ ਕਹਿ ਸਕਦੀ ਜਿਸ ਨਾਲ ਤੁਹਾਡੇ ਦਿਲ ਨੂੰ ਠੇਸ ਪਹੁੰਚੇ ਪਰ ਐਨਾ ਜ਼ਰੂਰ ਕਹਾਂਗੀ ਕਿ ਮੈਂ ਤੁਹਾਡੀ ਬਹੁਤ ਇੱਜ਼ਤ ਕਰਦੀ ਹਾਂ ਪਰ ਮੈਨੂੰ ਤੁਹਾਡੇ ਨਾਲ ਨਾ ਹੀ ਕੋਈ ਇਸ਼ਕ ਹੈ ਨਾ ਹੀ ਉਹਨਾਂ ਪਿਆਰ ਜਿੰਨਾ ਕਿ ਤੁਸੀਂ ਮੈਨੂੰ ਕਰਦੇ ਹੋ ਇਸ ਤਰ੍ਹਾਂ ਦਾ ਕੋਰਾ ਸੱਚੋ ਦੇ ਮੂੰਹ ਸੁਣ ਮੈਂ ਹੋਰ ਵੀ ਉਦਾਸ ਹੋ ਜਾਂਦਾ ਤੇ ਆਪਣੇ ਉੱਪਰ ਲੱਖ ਲਨਤਾ ਪਾਉਂਦਾ ਮਾਨੀ ਮਾਨ ਆਪਣੇ ਆਪ ਨੂੰ ਪੱਕਾ ਕਰਦਾ ਕਿ ਹੁਣ ਮੈਂ ਕਦੇ ਉਸ ਕੋਲ ਨਹੀਂ ਆਵਾਂਗਾ ਤੇ ਨਾ ਹੀ ਕਦੇ ਉਹਨੂੰ ਟੈਲੀਫੋਨ ਕਰਾਂਗਾ ਕਿਉਂਕਿ ਮੈਂ ਆਪਣੇ ਆਸ਼ੇ ਤੋਂ ਦੂਰ ਨਹੀਂ ਸੀ ਜਾਣਾ ਚਾਹੁੰਦਾ ਸੱਚ ਜਾਣੋ ਇਸੇ ਦੁੱਖੋਂ ਮੈਂ ਕਈ ਵਾਰ ਆਪਣੇ ਕਾਰੋਬਾਰ ਤੋਂ ਬੇਖਬਰ ਆਪਣੇ ਘਰ ਤੋਂ ਦੂਰ ਆਪਣੇ ਬੱਚਿਆਂ ਤੋਂ ਲਾਪਰਵਾਹ ਛਾਇਆ ਦੇ ਸ਼ਹਿਰ ਤੋਂ ਬਹੁਤ ਦੂਰ ਚਲਾ ਜਾਂਦਾ ਪਰ ਇਹ ਖਿਆਲ ਮੇਰੇ ਜ਼ਿਹਨ 'ਚ ਵੱਤ ਤੋਂ ਵੱਤ 2-3 ਰਾਤਾਂ ਹੀ ਰਹਿੰਦਾ ਫਿਰ ਮੈਂ ਦੂਰ ਬੈਠੇ ਹਾਂ ਬੇਬਸ ਛਾਇਆ ਦੇ ਕਮਰੇ ਦਾ ਟੈਲੀਫੋਨ ਨੰਬਰ ਕਮਾਉਣ ਲਈ ਮਜਬੂਰ ਹੋ ਜਾਂਦਾ ਮੇਰੇ ਪੈਰ ਮੱਲੂ ਮਲੀ ਛਾਇਆ ਦੇ ਹੋਟਲ ਵੱਲ ਵਧਣ ਲੱਗ ਪੈਂਦੇ ਤੇ ਬਿਰਹ ਚ ਤੜਪਦਾ ਮੈਂ ਉਸ ਤੱਕ ਪਹੁੰਚ ਜਾਂਦਾ ਉੱਥੇ ਪਹੁੰਚ ਕੇ ਉਹੀ ਹੁੰਦਾ ਜਿਹਦਾ ਮੈਨੂੰ ਡਰ ਲੰਦਾ ਸੀ ਉਹ ਮੈਨੂੰ ਵੇਖ ਖੁਸ਼ ਹੋਣ ਦੀ ਬਜਾਏ ਕਬਰਾਜ ਹੀ ਜਾਂਦੀ ਮੈਨੂੰ ਲੱਗਦਾ ਜੇ ਇਹੀ ਹਾਲ ਰਿਹਾ ਤਾਂ ਅੱਜ ਨਹੀਂ ਤਾਂ ਕੱਲ ਜ਼ਰੂਰ ਮੇਰਾ ਯਾਰ ਮੈਥੋਂ ਖੁਸ਼ ਜਾਏਗਾ ਤੇ ਮੇਰੀ ਜ਼ਿੰਦਗੀ ਦਾ ਆਖਰੀ ਹਾਦਸਾ ਹੋਏਗਾ ਉਹਨੇ ਭਾਵੇਂ ਕਈ ਵਾਰ ਮੈਨੂੰ ਭਰੋਸਾ ਦਿਵਾਇਆ ਸੀ ਕਿ ਮੈਨੂੰ ਤੁਹਾਡੇ ਕੋਲੋਂ ਕੋਈ ਨਹੀਂ ਖੋ ਸਕਦਾ ਜਦੋਂ ਕਿ ਮੈਂ ਖੁਦ ਹੀ ਬੇਵਫਾਈ ਨਾ ਕਰ ਜਾਵਾਂ ਕਈ ਵਾਰ ਉਹਦੀ ਬੇਵਫਾਈ ਦੇ ਚਿੰਨ੍ਹ ਵੀ ਮੇਰੇ ਸਾਹਮਣੇ ਸਾਫ਼ ਉਗੜ ਆਉਂਦੇ ਸਨ ਮੇਰੀ ਬੇਬਸੀ ਦੇਖੋ ਸਭ ਕੁਝ ਜਾਣਦਾ ਹੋਇਆ ਵੀ ਜਦੋਂ ਮੈਂ ਉਹਨੂੰ ਦੇਖਣ ਲਈ ਤੜਪ ਉੱਠਦਾ ਤਾਂ ਜਿਵੇਂ ਮੇਰੇ ਰਸਤੇ ਦੀਆਂ ਸਭ ਔਕੜਾਂ ਮੈਨੂੰ ছায়ਾ ਤੱਕ ਪਹੁੰਚਣ ਦਾ ਰਸਤਾ ਦੇ ਦਿੰਦੀਆਂ ਪਰ ਉਹਦੇ ਕਮਰੇ 'ਚ ਪਹੁੰਚਣਸਾਰ ਮੈਂ ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦਾ ਤੇ ਗੁਮਸਮ ਬੈਠਾ ਰਹਿੰਦਾ ਮੈਨੂੰ ਇੱਥੇ ਨਹੀਂ ਸੀ ਆਉਣਾ ਚਾਹੀਦਾ ਆਖਰੀ ਦਿਨ ਵੀ ਐਸਾ ਹੀ ਹੋਇਆ ਜਿਉਂ ਹੀ ਮੈਂ ਉਹਦੇ ਕਮਰੇ ਦਾ ਦਰਵਾਜ਼ਾ ਖੋਲ ਕੇ ਅੰਦਰ ਲੰਘਿਆ ਦੇਖਿਆ ਕਿ ਦਰਵਾਜ਼ੇ ਵੱਲ ਪਿੱਠ ਮੋੜ ਡਾਂਸ ਤੋ ਥੱਕ ਟੁੱਟ ਕੇ ਇੱਕ ਵੱਡੇ ਸਾਰੇ ਸ਼ਾਹੀ ਜੇ ਪਲੰਘ ਉੱਪਰ ਲੇਟੀ ਹੋਈ ਕੋਈ ਕਿਤਾਬ ਪੜ੍ਹ ਰਹੀ ਸੀ ਜਦੋਂ ਮੈਂ ਉਹਦੇ ਹੋਰ ਕਰੀਬ ਪਹੁੰਚਿਆ ਤਾਂ ਮੈਂ ਦੇਖਿਆ ਕਿ ਉਹਦੇ ਹੱਥਾਂ 'ਚ ਸ਼ੈਕਸਪੀਅਰ ਦਾ ਆਖਰੀ ਨਾਟਕ ਦਾ ਟੈਂਪੈਸਟ ਸੀ ਜਿਉਂ ਹੀ ਉਹ ਨੇੜ ਵੱਾਇ ਮੈਨੂੰ ਤੱਕਿਆ ਉਹਨੂੰ ਲੱਗਿਆ ਜਿਵੇਂ ਟੈਂਪੈਸਟ ਵਾਲਾ ਜਿੰਨ ਕਾਲੀਵਨ ਉਹਨੂੰ ਹੀ ਆ ਚੰਬੜਿਆ ਹੋਵੇ ਉਹਦੇ ਮੂੰਹੋਂ ਇੱਕ ਚੀਕ ਨਿਕਲੀ ਉਹ ਕਬਰਾ ਕੇ ਉੱਠ ਬੈਠੀ ਫਿਰ ਇੱਕ ਹਲਕੀ ਜਿਹੀ ਪਿਲੱਤਨ ਉਹਦੇ ਚਿਹਰੇ ਤੇ ਜੰਮ ਕੇ ਰਹਿ ਗਈ ਇਹ ਦੇਖ ਕੇ ਮੇਰਾ ਜੀ ਕੀਤਾ ਮੈਂ ਹੁਣੇ ਆਪਣੇ ਆਪ ਨੂੰ ਕੁਝ ਕਰ ਲਵਾਂ ਜਾਂ ਕਿਸੇ ਖੂ ਖਾਤੇ ਚ ਡੁੱਬ ਮਰਾਂ ਪਰ ਧਰਤੀ ਵੀ ਮੈਨੂੰ ਜਗ੍ਹਾ ਨਹੀਂ ਸੀ ਦੇ ਰਹੀ ਫਿਰ ਇੱਕ ਅੱਧ ਟੁੱਟੀ ਫੁੱਟੀ ਹਾਂ ਹੂੰ ਤੋਂ ਪਿੱਛੋਂ ਇੱਕ ਖਾਮੋਸ਼ੀ ਕਮਰੇ ਦੇ ਕੋਨੇ-ਕੋਨੇ ਚ ਵਿੱਚ ਗਈ ਉਹ ਚੁੱਪਚਾਪ ਬੈਠੀ ਮੇਰੇ ਮੂੰਹ ਹਲ ਤੱਕ ਦੀ ਰਹੀ ਖਾਸੇ ਚਿਰ ਪੁੱਛੋਂ ਮੈਂ ਆਪਣੀ ਸ਼ਕਤੀ ਇਕੱਠੀ ਕਰਕੇ ਉਹਨੂੰ ਗਿਆ ਮਾਫ਼ ਕਰਨਾ ਛਾਇਆ ਮੈਂ ਤੈਨੂੰ ਦੁਖੀ ਕੀਤਾ ਹੈ ਤੈਨੂੰ ਮੇਰੇ ਤੋਂ ਭੈ ਆਉਂਦਾ ਹੈ ਮੈਨੂੰ ਤੇਰੇ ਤੇ ਪਿਆਰ ਜਦੋਂ ਤੈਨੂੰ ਮੇਰੇ ਨਾਲ ਕੋਈ ਪਿਆਰ ਨਹੀਂ ਫਿਰ ਮੈਂ ਕਿਉਂ ਇੱਕ ਪਾਸੇ ਰੋਟੀ ਦੀ ਤਰ੍ਹਾਂ ਤੇਰੇ ਬਿਰਹ ਹੱਚ ਜਲਦਾ ਰਹਿਣਾ ਮੈਂ ਤੁਹਾਡੀ ਬਹੁਤ ਇੱਜ਼ਤ ਕਰਦੀ ਹਾਂ ਇੱਕ ਠੰਡੀ ਆਜ ਭਿਜਿਆ ਛੋਟਾ ਜਿਹਾ ਜਵਾਬ ਮੈਨੂੰ ਮਿਲਿਆ ਮੈਂ ਬੜੇ ਪੱਕੇ ਤੇ ਦ੍ਰਿੜ ਨਿਸ਼ਚੇ ਨਾਲ ਉਹਦੇ ਸਾਹਮਣੇ ਵੱਡੀ ਸਾਰੀ ਕਸਮ ਖਾ ਕੇ ਕਿਹਾ ਛਾਇਆ ਹੁਣ ਮੈਂ ਤੈਨੂੰ ਕਦੇ ਤੰਗ ਨਹੀਂ ਕਰਾਂਗਾ ਮੁੜ ਕਦੇ ਇੱਥੇ ਨਹੀਂ ਆਵਾਂਗਾ ਨਹੀਂ ਐਸਾ ਨਾ ਕਰਨਾ ਜੇਕਰ ਤੁਹਾਨੂੰ ਮੇਰੇ ਕੋਲ ਬੈਠ ਕੇ ਸੱਚੀ ਖੁਸ਼ੀ ਮਿਲਦੀ ਹੈ ਤਾਂ ਮੈਂ ਤੁਹਾਨੂੰ ਐਸਾ ਨਹੀਂ ਕਰਨ ਦਿਆਂਗੀ ਪਰ ਤੁਹਾਨੂੰ ਤਾਂ ਪਤਾ ਹੀ ਹੈ ਕਿ ਮੈਂ ਮਿਸਟਰ ਦੇਸਾਈ ਨੂੰ ਪਿਆਰ ਕਰਦੀ ਹਾਂ ਉਹੀ ਮੇਰੀ ਕਮਜ਼ੋਰੀ ਹੈ ਮਟਿਲੇ ਜੇ ਮੂ ਨਾਲ ਕਿਆ ਛਾਇਆ ਮੇਰੀ ਕਮਜ਼ੋਰੀ ਵੀ ਤਾਂ ਤੂੰ ਹੀ ਹੈ ਉਹਨੇ ਇੱਕ ਪਲ ਮੇਰੀਆਂ ਅੱਖਾਂ 'ਚ ਬੜੀ ਗੰਭੀਰਤਾ ਨਾਲ ਤੱਕਿਆ ਫਿਰ ਉੱਠ ਕੇ ਕਮਰੇ ਦੇ ਅੰਦਰ ਹੀ ਬਣੇ ਗੁਸਲਖਾਨੇ 'ਚ ਕੱਪੜੇ ਬਦਲਣ ਲਈ ਚਲੀ ਗਈ ਕਿਉਂਕਿ ਅਜੇ ਤੱਕ ਉਹਨੇ ਡਾਂਸ ਵਾਲੇ ਕੱਪੜੇ ਪਹਿਨ ਰੱਖੇ ਸੀ ਚੱਟੀ ਮਗਰੋਂ ਮੇਰੇ ਸਾਹਮਣੇ ਨਾਈਲਨ ਦੀ ਮਹੀਨ ਜੇ ਗੁਲਾਬੀ ਰੰਗ ਦੀ ਨਾਈਟੀ ਤੇ ਅੰਡਰਵੇਅਰ ਚਾ ਖੜੀ ਹੋਈ ਨਾਈਲਨ ਦੀ ਟਰਾਂਸਪੇਰੈਂਟ ਨਾਈਟੀ ਚੋਂ ਦਾ ਅੰਗ ਅੰਗ ਉਪਰਿਆ ਹੋਇਆ ਮੈਨੂੰ ਸਾਫ਼ ਨਜ਼ਰ ਆਉਂਦਾ ਸੀ ਉਹਨੂੰ ਇਸ ਤਰ੍ਹਾਂ ਆਪਣੇ ਸਾਹਮਣੇ ਦੇਖ ਕੇ ਮੈਂ ਇੱਕ ਵਾਰ ਆਪਣੇ ਸਾਰੇ ਹੋਸ਼ ਆਵਾਸ ਗਵਾ ਬੈਠਾ ਇੰਨਾ پاਗਲ ਅੱਗੇ ਕਦੇ ਮੈਂ ਸ਼ਾਇਦੀ ਹੋਇਆ ਹੋਵਾਂ ਫਿਰ ਨਾ ਚਾਹੁੰਦੀ ਜਿਵੇਂ ਮੈਂ ਕਿਹਾ ਉਹਨੇ ਮੰਨ ਲਿਆ ਛਾਇਆ ਨੂੰ ਪਾ ਕੇ ਮੈਂ ਫੁੱਲਿਆ ਨਹੀਂ ਸੀ ਸਮਾਰਿਆ ਮੇਰੀ ਮੰਦੀ ਕੋਨੇ-ਕੋਨੇ ਚ ਉਹਦੇ ਜਿਸਮ ਦੀ ਖੁਸ਼ਬੂ ਖਿੰਡੀ ਪਈ ਸੀ ਅਜੇ ਵੀ ਮੈਂ ਅਥਰੇ ਹੋਏ ਘੋੜੇ ਵਾਂਗੂ ਉਹਦੇ ਰੇਸ਼ਮੀ ਵਾਲਾਂ ਚ ਆਪਣਾ ਮੂੰਹ ਮੱਥਾ ਰਗੜ ਰਿਆ ਸੀ ਤੇ ਉਹ ਆਪਣੀ ਨਾਈਟੀ ਠੀਕ ਕਰ ਰਹੀ ਸੀ ਐਨੇ ਚ ਪਲੰਗ ਦੇ ਸਹਰਾਣੇ ਵੱਲ ਤਪਾਈ ਤੇ ਪਏ ਟੈਲੀਫੋਨ ਦੀ ਘੰਟੀ ਵੱਜੀ ਛਾਇਆ ਨੇ ਹੱਥਲਾ ਕੰਮ ਅਧੂਰਾ ਛੱਡ ਝੱਟ ਟੈਲੀਫੋਨ ਦਾ ਚੁੰਗਾ ਆਪਣੇ ਮੂੰਹ ਕੋਲ ਕਰਦਿਆਂ ਕਿਹਾ ਛਾਇਆ ਹੇਰ ਮੈਂ ਦਿਸਾਈ ਬੋਲ ਰਹੀ ਹਾਂ ਉਹ ਇਮਤਦਮ ਜੀ ਆਵਾਜ਼ ਮੇਰੇ ਕੰਨਾਂ 'ਵੀ ਪਈ ਝੱਟ ਛਾਇਆ ਦੇ ਮੁਰਝਾਏ ਚਿਹਰੇ ਤੇ ਗੁਲਾਬੀ ਭਾਅ ਉਗੜਾਏ ਇਹ ਦੇਖ ਮੇਰੀ ਰੂਹ ਕਿਸੇ ਅਸਹਿ ਪੀੜ ਨਾਲ ਕੁਰਲਾ ਉੱਠੀ ਮੈਂ ਸ਼ਰਮ ਨਾਲ ਪਾਣੀ ਪਾਣੀ ਹੁੰਦਾ ਜਾ ਰਿਹਾ ਸੀ ਪਰ ਛਾਇਆ ਦੇ ਚਿਹਰੇ ਉੱਤੇ ਕਿਸੇ ਭਾਰੀ ਜਿੱਤ ਦੇ ਚਿੰਨ ਇਉਂ ਉਘੜਾਏ ਸਨ ਜਿਵੇਂ ਕਾਲੇ ਬਲੈਕਬੋਰਡ ਉੱਤੇ ਚਿੱਟੇ ਚਿੱਟੇ ਬਰਫ ਰੰਗੀ ਅੱਖਰ ਧੰਨਵਾਦ